ਬੇਲੀਓ ਅਤੇ ਸੱਜਣੋਂ, ਆਲ ਪਾਕਿਸਤਾਨ ਸ਼ੌਕ ਸ਼ਿਕਾਰ, ਅਸਲਾਮ ਅਲੈਕਮ ਜੀ। ਅੱਜ ਬਹੁਤ ਬੜੀ ਮੀਟਿੰਗ, ਬਹੁਤ ਬੜਾ ਇਕੱਠ। ਇੱਜ਼ਤ ਹੈ ਮਾਬ ਜਨਾਬ ਮਲਕ ਯਾਜ਼ ਹੁਸੈਨ ਖੋਖਰ ਸਾਹਿਬ, ਸਦਰ ਪਾਕ ਇਤਫਾਕ ਗਰੁੱਪ, ਉਹਨਾਂ ਦੇ ਡੇਰੇ 'ਤੇ ਲਾਹੌਰ। ਪਾਕ ਇਤਫਾਕ ਗਰੁੱਪ ਦੀ ਤਨਜ਼ੀਮੇ ਨੌ ਅਹੁਦੇ ਤਕਸੀਮ ਕੀਤੇ ਗਏ ਬੇਲੀਆਂ ਨੂੰ। ਉਸ ਤੋਂ ਬਾਅਦ ਬਹੁਤ ਬੜੀ ਮੀਟਿੰਗ ਹੋਈ ਜੀ ਲਾਹੌਰ ਤੋਂ, ਪੂਰਾ ਪਾਕ ਇਤਫਾਕ ਗਰੁੱਪ ਗਿਆ ਜੀ ਸਿਆਲਕੋਟ, ਪਿੰਡ ਪਖੜੇ ਵਾਲੀ। ਮਲਕ ਇਤਸ਼ਾਮ ਖੋਖਰ, ਸਰਪ੍ਰਸਤ ਆਲਾ ਪਾਕ ਜਨੂਨ ਗਰੁੱਪ, ਸਦਰ ਚੌਧਰੀ ਮੋਹਸਨ ਅਬਾਸ ਭੱਟੀ ਭਾਈਜਾਨ, ਉਹਨਾਂ ਦੇ ਡੇਰੇ 'ਤੇ 31 ਦਸੰਬਰ ਦਾ ਬਹੁਤ ਬੜਾ ਮੈਚ ਫਿਕਸ ਹੋਇਆ। ਆਲ ਪਾਕਿਸਤਾਨ ਪਾਕ ਇਤਫਾਕ ਗਰੁੱਪ, ਸਦਰ ਮਲਕ ਯਾਜ਼ ਹੁਸੈਨ ਖੋਖਰ, ਬਾ ਮੁਕਾਬਲਾ ਆਲ ਪਾਕਿਸਤਾਨ ਪਾਕ ਜਨੂਨ ਗਰੁੱਪ, ਸਦਰ ਚੌਧਰੀ ਮੋਹਸਨ ਅਬਾਸ ਭੱਟੀ, ਸਰਪ੍ਰਸਤ ਆਲਾ ਮਲਕ ਇਤਸ਼ਾਮ ਖੋਖਰ ਭਾਈਜਾਨ, ਸੀਨੀਅਰ ਸਰਪ੍ਰਸਤ ਆਲਾ ਹਾਜੀ ਮਲਕ ਜ਼ਮੀਰ ਖੋਖਰ। ਕਿਆ ਬਾਤ ਹੈ ਜੀ, 31 ਦਸੰਬਰ 2023, ਕੋਈ ਪੁੱਛੇ ਤੋ ਬਤਾਣਾ, ਪਾਕ ਇਤਫਾਕ ਗਰੁੱਪ ਵਾਲੇ ਆਏ ਥੇ, ਪਾਕ ਜਨੂਨ ਗਰੁੱਪ ਵਾਲੇ ਆਏ ਥੇ, ਗੁੱਡ ਮੀਟਿੰਗ, ਵੈਲਕਮ, ਮਜ਼ੇ ਤੇ ਮਾਇਆ। 31 ਦਸੰਬਰ ਨੂੰ ਆਉਣਗੇ, ਬਹੁਤ ਬੜਾ ਮੈਚ, ਬੈਸਟ ਆਫ ਲੱਕ। ਸ਼ੁਰੂ ਅੱਲਾਹ ਕੇ ਨਾਮ ਸੇ ਜੋ ਬੜਾ ਮਿਹਰਬਾਨ ਔਰ ਨਹਾਇਤ ਰਹਿਮ ਕਰਨੇ ਵਾਲਾ ਹੈ। ਸਾਰੀਆਂ ਬਾਦਸ਼ਾਹੀਆਂ, ਸਾਰੀਆਂ ਤਾਕਤਾਂ, ਕੁਦਰਤਾਂ, ਰਹਿਮਤਾਂ, ਬਰਕਤਾਂ ਅੱਲਾਹ ਪਾਕ ਦੀਆਂ। ਅੱਲਾਹ ਪਾਕ ਸਾਡੇ ਸਾਰਿਆਂ 'ਤੇ, ਬੇਲੀਆਂ 'ਤੇ, ਪਾਕ ਇਤਫਾਕ ਗਰੁੱਪ ਨਾਲ ਤਲਕ ਰੱਖਣ ਵਾਲੇ ਵੀਰਾਂ 'ਤੇ ਅੱਲਾਹ ਆਪਣਾ ਖਾਸ ਰਹਿਮੋ ਕਰਮ ਅਤਾ ਫਰਮਾਏ। ਅੱਜ ਬਹੁਤ ਅੱਛੀ ਮੀਟਿੰਗ, ਬਹੁਤ ਅੱਛੇ ਅੱਛੇ ਅਹੁਦੇ, ਸਾਰੇ ਇਲਾਕੇ ਪਾਕਿਸਤਾਨ ਦੇ ਦੂਰ ਦੂਰ ਤੋਂ ਬੇਲੀ ਤਸ਼ਰੀਫ ਲੈ ਕੇ ਆਏ। ਗਰੁੱਪ ਦੀ ਮਜ਼ਬੂਤੀ, ਗਰੁੱਪ ਦਾ ਇਤਫਾਕ, ਗਰੁੱਪ ਦੇ ਬੇਲੀ ਬਾਜ਼ੂ ਵੀਰ, ਅਸਾਂ ਮੇਰੇ ਵਾਲ, ਸਾਡੇ ਯਾਰ ਮੇਰੇ ਵਾਲ, ਯਾਰ ਸੋਹਣੇ ਲੱਗਦੇ ਨੇ ਯਾਰਾਂ ਦੇ ਨਾਮ। ਆਲ ਪਾਕਿਸਤਾਨ ਪਾਕ ਇਤਫਾਕ ਗਰੁੱਪ ਦੇ ਬਾਨੀ ਮਰਹੂਮ ਹਾਜੀ ਚਾਚਾ ਇਸਮਾਇਲ ਔਰ ਰਜਾਣਾ, ਮੈਚ ਵਾਲੇ ਮਲਕ ਅਲੀ ਮੀਰਾ ਖੋਖਰ ਭਾਈਜਾਨ ਸਾਹਿਬ ਜੀ, ਵੈਲਕਮ ਸਦਰ ਮਲਕ ਅਜਾਦ ਹੁਸੈਨ ਖੋਖਰ ਭਾਈਜਾਨ, ਸੀਨੀਅਰ ਨੈਬ ਸਦਰ ਮਲਕ ਸਿਕੰਦਰ ਅਜਾਦ ਖੋਖਰ, ਨੈਬ ਸਦਰ ਚੌਧਰੀ ਅਲੀ ਹਸਨ ਮਾਨੇਸ ਜ਼ਿਲ੍ਹਾ ਉਪਕਾਲਾ, ਚੇਅਰਮੈਨ ਮਲਕ ਸ਼ਾਹਦਾਵਾਨ ਉਹਦਾ ਭਾਈ, ਵਾਈਸ ਚੇਅਰਮੈਨ ਜਿਹੜਾ ਕਿ ਅੱਜ ਲਿਆ ਅਹੁਦਾ ਦਿੱਤਾ ਗਿਆ ਜੀ, ਮੋਹਤਰਮ ਪਿਆਰਾ ਵੀਰ ਵਾਈਸ ਚੇਅਰਮੈਨ ਪਾਕ ਇਤਫਾਕ ਗਰੁੱਪ ਚੌਧਰੀ ਆਸ਼ਕ ਇਸਮਾਈ। ਸਰਪ੍ਰਸਤ ਆਲਾ ਇੱਜ਼ਤ ਅਹਿਮਦ ਚੌਧਰੀ ਆਬਦ ਕੋਠਾ ਸ਼ੇਰ, ਮੀਰਪੁਰ ਆਜ਼ਾਦ ਕਸ਼ਮੀਰ, ਹਾਲ ਮੁਕੀਮ ਯੂਕੇ ਇੰਗਲੈਂਡ। ਸਾਰਾ ਗਰੁੱਪ, ਸਾਰੇ ਮੈਚ, ਸਾਰਾ ਇੰਤਜ਼ਾਮ ਤੇਰੇ ਸਰਪ੍ਰਸਤੀ, ਬਹੁਤ ਅੱਛਾ ਅਹੁਦਾ ਤੇਰੇ ਸਰਪ੍ਰਸਤੀ ਜਨਾਬ ਮੋਹਤਰਮ ਮਾਸਟਰ ਮੁਹੰਮਦ ਅਲੀ ਬੱਟੂ ਜ਼ਿਲ੍ਹਾ ਉਕਾੜਾ, ਚੀਫ ਸਲੈਕਟਰ ਰਾਣਾ ਮੁਹੰਮਦ ਸ਼ਕੀਲ ਭਾਈਜਾਨ, ਚੇਅਰਮੈਨ ਜੀ, ਜਨਰਲ ਸੈਕਟਰੀ ਰਾਓ ਸ਼ਫੀਕੁਰ ਰਹਿਮਾਨ ਕਾਕਾ ਭਾਈਜਾਨ ਜ਼ਿਲ੍ਹਾ ਉਕਾੜਾ, ਜੁਆਇੰਟ ਸੈਕਟਰੀ ਸਰਦਾਰ ਅਹਿਮਦ ਰਹੀਮ ਇਲਾਕਾ ਬੁੱਢੀਆਂ ਕਸੂ, ਸੈਕਟਰੀ ਬਹੁਤ ਜ਼ਿੰਮੇਦਾਰੀਆਂ, ਹਰ ਬੰਦੇ ਨਾਲ ਸ਼ੌਕ ਸ਼ਿਕਾਰ ਦੇ ਮਾਮਲੇ 'ਚ
ਸੀਲ ਕੀਤੀ ਜਾਏਗੀ। ਜਨਾਬ ਸੈਕਟਰੀ ਬਹੁਤ ਜ਼ਿੰਮੇਦਾਰੀ ਆ ਰਾਏ ਤਾਲ ਵਾਲਾ ਬੱਬੂ ਮਹਾਰਾਜ, ਜਨਾਬੇ ਅਲੀ ਮੇਰੇ ਸਰਪ੍ਰਸਤੀ ਮਾਸਟਰ ਮੁਹੰਮਦ ਅਲੀ ਬੱਟੂ, ਚੀਫ ਸਲੈਕਟਰ ਰਾਣਾ ਮੁਹੰਮਦ ਸ਼ਕੀਲ ਭਾਈ ਜਾਨ, ਚੇਅਰਮੈਨ ਸਲੈਕਸ਼ਨ ਕਮੇਟੀ ਪੀਰ ਜੋਹੇਬ ਅਮੀਨ ਚਿਸ਼ਤੀ, ਐਡਵੋਕੇਟ ਚੀਫ ਕੋਆਰਡੀਨੇਟਰ, ਬਹੁਤ ਜ਼ਿੰਮੇਦਾਰੀਆਂ ਕਿਉਂਕਿ ਬਹੁਤ ਪਿਆਰਾ ਭਾਈ ਜਿਹਨੇ ਬੜੇ ਅੱਛੇ ਵਕਤਾਂ 'ਚ ਬੜੇ ਅੱਛੇ ਟਾਈਮਾਂ 'ਚ ਪਾਕ ਇਤਫਾਕ ਗਰੁੱਪ ਦੀ ਬਹੁਤ ਮੁਹੱਬਤ ਕੀਤੀ, ਮਲਕ ਜਾਸ ਦੇ ਵੀਰ ਸਰਦਾਰ ਕਰਾਮਤ ਡੋਗਰ ਚੀਫ ਕੋਆਰਡੀਨੇਟਰ, ਵਾਈਸ ਚੀਫ ਕੋਆਰਡੀਨੇਟਰ ਜਨਾਬ ਬਹੁਤ ਪਿਆਰਾ ਵੀਰ ਜਨਾਬ ਅਲੀ ਕੌਰ ਰਾਂਗੂ ਰਸੇ ਆਲਮ ਪਾਕਿਸਤਾਨ, ਸਦਰ ਗੁਜਰਾਂਵਾਲਾ ਡਿਵੀਜ਼ਨ ਗੋਤਰਾਮ ਚੌਧਰੀ ਆਫਤਾਬ ਸਰਵਾਇਆ ਸਾਹਿਬ, ਜਨਾਬੇ ਅਲੀ ਮੀਡੀਆ ਸੈਕਟਰੀ ਮਲਕ ਅਸਦ ਯਾਰ ਖੋਖਰ, ਜੁਆਇੰਟ ਸੈਕਟਰੀ ਸਰਦਾਰ ਆਬਦ ਰਹੀਮ ਭਾਈ, ਸਰਦਾਰ ਆਬਦ ਰਹੀਮ ਭਾਈ ਜੁਆਇੰਟ ਸੈਕਟਰੀ, ਇਹਨਾਂ ਕੋਲ ਆਪਣੇ ਜਾਤੀ ਦੋ ਬਹੁਤ ਅੱਛੇ ਕੁੱਤੇ, ਨੌਜਵਾਨ ਕਿਆਦਤ ਵੈਲਕਮ ਖੁਸ਼ ਆਮਦੀ, ਮੈਂਬਰ ਸਲੈਕਸ਼ਨ ਕਮੇਟੀ ਪਹਿਲੀ ਦਫ਼ਾ ਜੀ ਮੈਂਬਰ ਸਲੈਕਸ਼ਨ ਕਮੇਟੀ ਦਾ ਆਪਦਾ ਜਨਾਬ ਮਲਕ ਯਕੂਬ ਢੇਡੂ ਸਾਹਿਬ ਭਾਈ ਜਾਨ ਉੱਠੋ ਜੀ, ਜਰਾ ਮੇਰੀ ਨੂੰ ਪਤਾ ਲੱਗੇ ਜੀ, ਮਲਕ ਯਕੂਬ ਢੇਡੂ ਇਲਾਕਾ ਲੈਣ ਵਾਲਾ ਜੀ ਜੀ ਮਾਲੇ, ਸਭ ਤੋਂ ਪਹਿਲੇ ਜੀ ਮੈਂ ਦਾਵਤ ਦਿੰਦਾ ਮੋਹਤਰਮ ਮਾਸਟਰ ਮੁਹੰਮਦ ਅਲੀ ਬੱਟੂ ਸਾਹਿਬ ਤਸ਼ਰੀਫ ਲੈ ਕੇ ਆਓ ਜੀ, ਪ੍ਰਵਿਤਾਰ ਜੋਸ਼ੀ ਜਨਾਬ ਮਾਸਟਰ ਮੁਹੰਮਦ ਅਲੀ ਬੱਟੂ ਸਾਹਿਬ, ਮਾਸ਼ਾਅੱਲਾ ਜੀ ਮਾਸਟਰ ਮੁਹੰਮਦ ਅਲੀ ਬੱਟੂ, ਆਲ ਪਾਕਿਸਤਾਨ ਪਾਕ ਇਤਫਾਕ ਗਰੁੱਪ ਦੇ ਵਾਈਸ ਚੇਅਰਮੈਨ ਚੌਧਰੀ ਆਸ਼ਕ ਇਸਮਾਈਲ, ਚੌਧਰੀ ਨਾਸਰ ਇਸਮਾਈਲ, ਚੌਧਰੀ ਅਬਦੁਲ ਖਾਲਕ ਇਸਮਾਈਲ, ਆਸ਼ਕ ਇਸਮਾਈਲ ਆਨੰਦ ਰਜਾਣਾ, ਚਲੋ ਜੀ ਚੀਫ ਸਲੈਕਟਰ ਰਾਣਾ ਮੁਹੰਮਦ ਸ਼ਕੀਲ, ਜਨਾਬੇ ਅਲੀ ਚੀਫ ਕੋਆਰਡੀਨੇਟਰ ਸੋਹਣਾ ਵੀਰ ਮੋਹਤਰਮ ਸਾਡੇ ਬੜੇ ਭਾਈ ਸਰਦਾਰ ਕਰਾਮਤ ਡੋਗਰ ਭਾਈ ਜਾਨ, ਚੀਫ ਕੋਆਰਡੀਨੇਟਰ ਪਾਕ ਇਤਫਾਕ ਸਰਦਾਰ ਕਰਾਮਤ ਡੋਗਰ ਪਹਿਲੀ ਲੱਲੋ, ਵਾਈਸ ਕੋਆਰਡੀਨੇਟਰ ਜਨਾਬ ਮੋਹਤਰਮ ਅਲੀ ਕੌਰ ਰਾਂਗੂ ਭਾਈ ਜਾਨ, ਨੌਜਵਾਨ ਕਿਆਦਤ ਪਾਕ ਇਤਿਹਾਸ ਗਰੁੱਪ ਦੀ ਜਾਨ ਨਿਸ਼ਾਨ ਆਨ ਆਫਤਾਬ ਸਰਵਾਇਆ ਭਾਈ ਜਾਨ, ਸਦਰ ਗੁਜਰਾਂਵਾਲਾ ਡਿਵੀਜ਼ਨ ਮਜ਼ੇ ਤੇ ਭਾਈਆ ਹੁਣੇ ਆਉਣਗੇ, ਮਜ਼ੇ ਤੇ ਭਾਈਆ ਹੁਣੇ ਆਉਣਗੇ, ਜਨਾਬੇ ਅਲੀ ਜੁਆਇੰਟ ਸੈਕਟਰੀ
ਸਰਦਾਰ ਅਹਿਮਦ ਰਹੀਮ ਭਾਈ ਜਾਨ, ਆਓ ਜੀ ਸਰਦਾਰ ਅਹਿਮਦ ਰਹੀਮ ਭਾਈ ਜਾਨ, ਮਤਲਬ ਇੱਧਰ ਜੀ ਤਸਵੀਰ ਜੀ, ਜਿਨ੍ਹਾਂ ਦੇ ਲਈ ਸਾਡੇ ਆਲ ਪਾਕਿਸਤਾਨ ਦੇ ਬਾਨੀ ਹਾਜੀ ਚਾਚਾ ਇਸਮਾਇਲ ਮਰਹੂਮ, ਉਹਨਾਂ ਦੇ ਵੀਰ ਰਾਏ ਤਾਹਰ ਅਲਾ ਪੱਪੂ ਬਾਲਾ ਸੈਕੰਡਰੀ ਪਾਕ ਇਤਿਹਾਦ ਗਰੁੱਪ, ਵੈਲਕਮ ਮਾਸ਼ਾਅੱਲਾ। ਨਬੀ ਅਲੀ ਆਲ ਪਾਕਿਸਤਾਨ ਪਾਕ ਇਤਿਹਾਦ ਗਰੁੱਪ ਦੇ ਨਾਇਬ ਸਦਰ ਸੈਯਦ ਪੀਰ ਅਫਜ਼ਲ ਸ਼ਾਹ ਬੁਖਾਰੀ ਮਰਹੂਮ, ਉਹਨਾਂ ਦੀਆਂ ਕਮਾਲ ਮੁਹੱਬਤਾਂ ਸੀ ਜੀ ਜਨਾਬ, ਉਹਨਾਂ ਦਾ ਨਾਇਬ ਸਦਰ ਦਾ ਅਹੁਦਾ ਦਿੱਤਾ ਗਿਆ ਮੁਹਤਰਮ ਚੌਧਰੀ ਅਲੀ ਹਸਨ ਮਨੇਰ ਸਾਹਿਬ ਨੂੰ, ਇਲਾਕਾ ਨਹਿਰਾਂ ਵਾਲਾ, ਕਿਸੇ ਮਜਬੂਰੀ ਦੀ ਵਜ੍ਹਾ ਤੋਂ ਨਾ ਆ ਸਕੇ। ਚੌਧਰੀ ਅਲੀ ਹਸਨ ਮਨੇਸ ਦਾ ਅਹੁਦਾ ਨਾਇਬ ਸਦਰ ਪਾਕ ਇਤਿਹਾਦ ਗਰੁੱਪ, ਉਹਨਾਂ ਦੀ ਪੱਗ ਪੋਸ਼ੀ ਕੀਤੀ ਜਾਏਗੀ ਜਨਾਬ ਰਾਏ ਰਸ਼ੀਦ ਅਹਿਮਦ ਅਲੂਕਾ ਖਰਾ ਇਲਾਕਾ ਸੈਯਦ ਆਲਾ। ਜਨਾਬੇ ਅਲੀ ਸਾਡੇ ਬਹੁਤ ਪਿਆਰੇ ਲਾਡਲੇ ਵੀਰ, ਸਾਡੇ ਬਾਨੀ ਗਰੁੱਪ ਹਾਜੀ ਚਾਚਾ ਇਸਮਾਇਲ ਦੇ ਵੀਰ ਰਾਜਾ ਨਸੀਮ ਬਿਲੂ ਭਾਈ ਜਾਨ, ਤਸ਼ਰੀਫ ਲੈ ਕੇ ਆਓ ਜੀ, ਤੁਸੀਂ ਪੱਗ ਬਣਾਓਗੇ ਜੀ ਮਲਕ ਜਗਰੂਪ ਜੇਡੂ, ਮੈਂਬਰ ਸਿਲੈਕਸ਼ਨ ਕਮੇਟੀ ਮਲਕ ਜਗਰੂਪ ਜੇਡੂ ਭਾਈ ਜਾਨ। ਇੱਜ਼ਤ ਮਾਪ ਰਾਓ ਸ਼ਫੀਕੁਰ ਰਹਿਮਾਨ ਕਾਕਾ ਉਤਾੜਾ ਜ਼ਿਲ੍ਹਾ ਦੀ ਸ਼ਾਨ ਜਾਨ ਆਮ ਸੈਕਟਰੀ ਦਨ ਬੱਤੀ ਇੰਤਜ਼ਾਤੀ ਕੁੱਤੇ ਦੇ ਮਾਲੇ, ਵੈਲਕਮ ਜਨਾਬੇ ਅਲੀ ਸੀਨੀਅਰ ਮੈਂਬਰ ਸਰਦਾਰ ਯਾਸਰ ਅਫਜ਼ਲ ਡੋਗਰ, ਵੈਲਕਮ ਰਈਸੇ ਆਜ਼ਮ ਸ਼ੇਖੂਪੁਰਾ। ਸਰਦਾਰ ਯਾਸਰ ਅਫਜ਼ਲ ਡੋਗਰ ਰਈਸੇ ਆਜ਼ਮ ਸ਼ੇਖੂਪੁਰਾ, ਵੈਲਕਮ ਸੀਨੀਅਰ ਮੈਂਬਰ। ਇੱਜ਼ਤ ਅਹਿਮਦ ਖਾਨ ਉਸਮਾਨ ਖਾਨ ਬਲੋਚ, ਵੈਲਕਮ। ਖਾਨ ਉਸਮਾਨ ਖਾਨ ਬਲੋਚ ਭਾਈ ਜਾਨ, ਵੈਲਕਮ। ਚੌਧਰੀ ਅਲੀ ਗੁਰਾਇਆ ਸੀਨੀਅਰ ਮੈਂਬਰ, ਵੈਲਕਮ ਚੌਧਰੀ ਅਲੀ ਗੁਰਾਇਆ ਭਾਈ ਜਾਨ। ਲਾਉਦੀ ਸ਼ਾਨ ਜਾਨ ਆਨ ਸੈਯਦ ਪੀਰ ਫਰਹਾਨ ਸ਼ਾਹ ਦੇ ਵੀਰ
ਸੇਠ ਮਕਸੂਦ ਭਾਈਜਾਨ, ਰਈਸ ਆਜ਼ਮ ਸਰਦਾਰ ਲਾਹੌਰ, ਵੈਲਕਮ। ਸੀਨੀਅਰ ਮੈਂਬਰ ਸੇਠ ਮਕਸੂਦ ਭਾਈਜਾਨ, ਸੀਨੀਅਰ ਮੈਂਬਰ ਹਾਜੀ ਚਾਚਾ ਇਸਮਾਇਲ ਵੀਰ, ਰਾਜਾ ਨਸੀਮ ਬਿਲੂ ਭਾਈਜਾਨ, ਵੈਲਕਮ। ਖੁਸ਼ ਆਮਦੀਦ, ਆਓ ਜੀ, ਆਓ ਜੀ, ਆਓ ਜੀ। ਸਾਡੇ ਮਲਿਕ ਅਜਾਜ ਗੋਗਰ ਸਦਰ ਪਾਕ ਇਤਫਾਕ ਗਰੁੱਪ ਦੇ ਸ਼ਾਗਿਰਦੇ ਖਾਸ ਛੋਟੇ ਭਾਈ, ਆਲ ਪਾਕਿਸਤਾਨ ਚਾਰ ਦਫ਼ਾ ਚੈਂਪੀਅਨ ਸੈਯਦ ਪੀਰ ਫਰਹਾਨ ਸ਼ਾਹ, ਵੈਲਕਮ ਜੀ। ਆ ਪੀਰ ਫਰਹਾਨ ਸ਼ਾਹ ਰੰਗੋ ਬੋਲਦੇ ਮਾਲੇ, ਬਹੁਤ ਪਿਆਰਾ ਵੀਰ, ਮੇਰਾ ਹਮਸਾਇਆ ਇਲਾਕਾ ਸ਼ੇਰਗੜ੍ਹ ਜ਼ਿਲ੍ਹਾ ਕਾਲਾ, ਮੁਹੰਮਦ ਅਸ਼ਰਫ ਕਾਲੀਆ, ਸੀਨੀਅਰ ਮੈਂਬਰ ਪਾਕ ਇਤਫਾਕ ਗਰੁੱਪ, ਵੈਲਕਮ। ਫਿਰ ਗੱਲ ਆ ਗਈ ਕਸੂਰ, ਚੱਲਦਿਆਂ ਚੱਲਦਿਆਂ ਗੱਲ ਪਹੁੰਚ ਗਈ ਕਸੂਰ ਨਗਰੀ, ਬਾਬਾ ਬੁੱਲੇ ਸ਼ਾਹ ਜੀ, ਬਹੁਤ ਸੋਹਣਾ ਵੀਰ, ਬਹੁਤ ਅੱਛਾ ਜਾਨਵਰ ਉਹਨਾਂ ਨੂੰ, ਜਨਾਬ ਚੌਧਰੀ ਨਾਸਰ ਇਸਮਾਇਲ ਦੇ ਵੀਰ ਸਰਦਾਰ ਜਾਗਮ ਡੋਗਰ, ਵੈਲਕਮ। ਫਿਰ ਗੱਲ ਆ ਗਈ ਪੱਜ ਪਤਨ ਨਗਰੀ, ਬਾਬਾ ਫਰੀਦ ਸੋਹਣਾ ਪੀਰ, ਲਾਜਪਾਲ ਪੀਰ ਉੱਥੋਂ ਦਾ ਤਲਕ, ਛੋਟਾ ਵੀਰ ਆਸਫ ਚੌਹਾਨ, ਵੈਲਕਮ। ਸੀਨੀਅਰ ਮੈਂਬਰ ਜਨਾਬੇ ਅਲੀ ਆਸਫ ਚੌਹਾਨ, ਫਿਰ ਗੱਲ ਪਹੁੰਚ ਗਈ ਚੱਲਦਿਆਂ ਚੱਲਦਿਆਂ ਸ਼ੇਖ ਫਾਦਰ, ਜਨਾਬ ਮੀਆਂ ਮੁਹੰਮਦ ਖਾਨ ਬੱਟੂ ਦੇ ਬਹੁਤ ਪਿਆਰੇ ਪਾਂਜੇ ਭਤੀਜੇ ਜਿੰਦ ਜਾਨ ਬਲਕ ਸਾਹਿਬ ਦੇ ਬੇਲੀ, ਮਲਕ ਅਲੀ ਖੋਖਰ ਸਾਹਿਬ ਜੀ ਉਹਨਾਂ ਦੇ ਪੱਕੇ ਬੇਲੀ, ਮੀਆਂ ਤਨਵਰ ਤਨਵੀਰ ਬੱਟੂ, ਵੈਲਕਮ। ਚੱਲਦਿਆਂ ਚੱਲਦਿਆਂ ਪਹੁੰਚ ਗਏ ਸ਼ਹਿਰ ਫਰੀਦ, ਇੱਜ਼ਤ ਮਾਪ ਮੁਹੰਮਦ ਖਾਨ ਲਖਮੇਰਾ, ਸ਼ਹਿਰ ਫਰੀਦ, ਵੈਲਕਮ। ਸੀਨੀਅਰ ਮੈਂਬਰ ਮਲਕ ਅਜਾਜ਼ ਦੇ ਵੀਰ, ਵੈਲਕਮ ਮੁਹੰਮਦ ਖਾਨ ਲਖਮੇਰਾ ਭਾਈਜਾਨ। ਜਨਾਬੇ ਅਲੀ ਸਾਡੇ ਪਾਕ ਇਤਫਾਕ ਗਰੁੱਪ ਦੇ ਦਿਲ ਜਾਨ ਤੋਂ ਚੌਧਰੀ ਗੁਲਾਮ ਰਬਾਨੀ ਗੁੱਜਰ, ਨਾਰੋਵਾਲ ਸ਼ਕਰਗੜ੍ਹ ਤੋਂ ਪੱਠੇ 32 ਇੰਚ ਪਾਕ ਇਤਫਾਕ ਗਰੁੱਪ ਦੀ ਜਾਨ, ਚੌਧਰੀ ਗੁਲਾਮ ਰਬਾਨੀ ਗੁੱਜਰ ਭਾਈਜਾਨ, ਮਲਕ ਅਜਾਜ਼ ਖੋਖਰ ਸਾਹਿਬ ਦੇ ਵੀਰ, ਮਲਕ ਸ਼ਾਹ ਦਾ ਮੋਹਨ ਬੋਤਾ ਦੇ ਵੀਰ, ਰਾਣਾ ਸ਼ਕੀਲ ਭਾਈਜਾਨ ਦੇ ਵੀਰ, ਜਨਾਬੇ ਅਲੀ ਮੈਂ ਦਿਲ ਦੀਆਂ ਤਾਗ ਰਾਈਆਂ ਤੋਂ ਖੁਸ਼ ਆਮਦੀਦ ਕਹਿੰਦਾ ਜੀ।
ਜਨਾਬੇ ਅਲੀ ਪਾਕ ਇਤਫਾਕ ਰੱਖਦੇ ਬੇਲੀ ਇਲਾਕਾ ਆ ਗਿਆ ਲਾਹੌਰ ਲੁਹਾਰਾ ਖੂਬ ਪਿੰਡ ਖੁਦਪੁਰ ਖਾਨ ਮੁਸ਼ਤਾਕ ਖਾਨ ਦਿਓ ਉਹਨਾਂ ਦੇ ਬੇਟੇ ਤਸ਼ਰੀਫ ਲੈ ਕੇ ਆਓ ਜੀ ਖਾਨ ਇਸਲਾਮ ਖਾਨ ਦਿਓ ਮੁਸ਼ਤਾਕ ਖਾਨ ਦਿਓ ਉਹਨਾਂ ਦੇ ਬੇਟੇ ਇਲਾਕਾ ਖੁਦਪੁਰ ਲੁਹਾਰਾ ਵਾਲਾ ਖੂਬ ਵੈਲਕਮ ਖੁਸ਼ ਆਮਦੀਦ ਲਓ ਜੀ ਸਾਰੇ ਬੇਲੀ ਬਹੁਤ ਪਿਆਰੇ ਸੋਹਣਾ ਹੋ ਗਿਆ ਨਾ ਚੈੱਕ ਕਰੋ ਜਨਾਬੇ ਅਲੀ ਸਰਦਾਰ ਰਿਆਜ਼ ਖਾਨ ਗਾਦੀ ਇਲਾਕਾ ਰਜਾਨਾ ਖੁਸ਼ ਆਮਦੀਦ ਸਰਦਾਰ ਨਾਸਰ ਭਾਈਜਾਨ ਜ਼ਿਲ੍ਹਾ ਕਸੂਰ ਕਾਸ਼ਫ ਅਲੀ ਕਸੂਰ ਸਰਦਾਰ ਜਾਫਰ ਭਾਈ ਪਾਕਪਤਰ ਮੀਆਂ ਵਸੀਮ ਆਫ ਲਾਹੌਰ ਜਨਾਬ ਮੁਹੰਮਦ ਅਸ਼ਰਫ ਭਾਈ ਪਾਕਪਤਰ ਲਾਹੌਰ ਕੋ ਘਰ ਸਾਹੀਵਾਲ ਅਲਤਾਫ ਅਹਿਮਦ ਵੈਲਕਮ ਹਾਫਰ ਜ਼ੀਸ਼ਾਨ ਰਜ਼ਾ ਹੁਸੈਨ ਚਤਰ ਚਾਚਾ ਸਰਫਰਾਜ਼ ਮੀਆਂ ਵਸੀਮ ਬੱਟੂ ਚੌਧਰੀ ਵਾਰਸ ਲਓ ਜੀ ਸਾਡੇ ਪਿਆਰੇ ਵੀਰ ਮਲਕ ਅਯਾਜ਼ ਹੁਸੈਨ ਖੋਖਰ ਸਦਰ ਪਾਕ ਇਤਫਾਕ ਗਰੁੱਪ ਬਹੁਤ ਲਾਡਲੇ ਮਲਕ ਸਾਹਿਬ ਵੈਲਕਮ ਖੁਸ਼ ਆਮਦੀਦ ਚੇਅਰਮੈਨ ਸਾਹਿਬ ਚੇਅਰਮੈਨ ਔਰ ਸੀਨੀਅਰ ਨੈਬ ਸਦਰ ਔਰ ਅਲੀ ਕੌਰ ਰਾਤੂ ਮਲਕ ਸਾਹਿਬ ਨੂੰ ਪੱਗ ਪਹਿਨਾਉਣਗੇ ਜੀ ਮਲਕ ਅਯਾਜ਼ ਹੁਸੈਨ ਖੋਖਰ ਚੇਅਰਮੈਨ ਸ਼ਾਦਾਬਾਦ ਮੁਕਾ ਭਾਈ ਪੱਗ ਪਹਿਨਾ ਰਹੇ ਜੀ ਰਜ਼ਾ ਹੁਸੈਨ ਚਤਰ ਚਾਚਾ ਸਰਫਰਾਜ਼ ਮੀਆਂ ਵਸੀਮ ਬੱਟੂ ਚੌਧਰੀ ਵਾਰਸ ਚੌਧਰੀ ਆਸਨ ਕਾਲੂ ਮੁਹੰਮਦ ਅਸ਼ਰਫ ਕਾਲੀਆ ਖਾਨ ਅਲਾ ਦਿੱਤਾ ਖਾਨ ਮਨੋਜ ਆਫਤਾਬ ਉਰਫੁੱਲਾ ਗੱਡੀ ਮੁਹੰਮਦ ਅਸਲਮ ਮਨੋਜ ਅਕਰਮ ਮਨੋਜ ਮੁਹੰਮਦ ਅਕਰਮ ਲਓ ਜੀ ਚੱਲਦਿਆਂ ਚੱਲਦਿਆਂ ਗੱਲ ਪਹੁੰਚ ਗਈ ਪੂਰੇ ਵਾਲੇ ਸਰਦਾਰ ਤੈਮੂਰ ਡੁੱਗ ਮੈਂ ਬੰਨਾ ਸਰਦਾਰ ਤੈਮੂਰ ਡੁੱਗ ਮਸਤੂ ਜਿਗਰ ਛੋਲਾ ਆ ਗਿਆ ਪੰਜ ਦਫਾ ਦਾ ਪੱਗ ਬਣਾ ਕੇ ਸਰਦਾਰ ਪੂਰਾ ਬਣਾਓ ਜੀ ਜੀਓ ਚੇਅਰਮੈਨ ਮਲਕ ਸ਼ਾਦਾਬਾਦ ਮੋਦਾ ਭਾਈ ਚਲਦਿਆਂ ਚਲਦਿਆਂ ਗੱਲ ਪਹੁੰਚ ਗਈ ਸ਼ੇਖੂਪੁਰੇ ਮੈਂ ਅਲੀ ਹਸਨ ਐਡਵੋਕੇਟ ਵੈਲਕਮ ਸੀਨੀਅਰ ਮੈਂਬਰ ਆ ਜਾ ਮੈਂ ਤੇ ਥੱਕ ਗਿਆ ਹੁਣ ਜਨਾਬੇ ਅਲੀ ਵਾਈਸ ਚੇਅਰਮੈਨ ਪਾਕ ਇਤਫਾਕ ਗਰੁੱਪ ਚੌਧਰੀ ਆਸ਼ਕ ਇਸਮਾਇਲ
ਮਲਿਕ ਸਿਕੰਦਰ ਖੋਖਰ, ਚੌਧਰੀ ਅਲੀ ਗੁਰਾਇਆ ਸਦਰ, ਮਲਿਕ ਅਜਾਜ਼ ਖੋਖਰ, ਰਾਣਾ ਸ਼ਕੀਲ ਭਾਈਜਾਨ ਚੀਫ ਸਿਲੈਕਟਰ, ਚੇਅਰਮੈਨ ਮਲਿਕ ਸ਼ਾਦ ਬੋਦਾਵਾਨ ਭਾਈਜਾਨ, ਜੀਓ ਮਾਸਟਰ ਮੁਹੰਮਦ ਅਲੀ ਵੱਟੂ, ਰਾਜਤਾਰ ਰਾਜਾ ਪੱਪੂ ਮਾਰਤ, ਰਾਜਾ ਬਿੱਲੂ, ਰਿਆਜ਼ ਗਾਦੀ ਆ ਗਿਆ, ਮੁੰਨਾ ਭਾਈ ਰਾਏ, ਰਾਏ ਅਲੀ ਹਸਨ ਖਰਲ ਐਡਵੋਕੇਟ, ਪਾਕ ਇਤਫਾਕ ਗਰੁੱਪ। 31 ਦਸੰਬਰ 2023 ਬਹੁਤ ਬੜਾ ਮੈਚ ਫਿਕਸ ਹੋਇਆ ਬਾ ਮੁਕਾਬਲਾ ਪਾਕ ਜਨੂਨ ਗਰੁੱਪ। ਰਾਣਾ ਸ਼ਕੀਲ ਚੀਫ ਸਿਲੈਕਟਰ ਭਾਈਜਾਨ, ਮਲਿਕ ਸ਼ਾਦਵਾਨ ਬੋਦਾ ਭਾਈ, ਰਾਏ ਅਲੀ ਹਸਨ ਖਰਲ ਸਦਰ, ਮਲਿਕ ਅਜਾਜ਼ ਹੁਸੈਨ ਖੋਖਰ। 31 ਦਸੰਬਰ 2023 ਪਾਕ ਇਤਫਾਕ ਗਰੁੱਪ ਬਾ ਮੁਕਾਬਲਾ ਆਲ ਪਾਕਿਸਤਾਨ ਪਾਕ ਜਨੂਨ ਗਰੁੱਪ, ਕੋਈ ਪੁੱਛੇ ਤੋ ਬਤਾਣਾ ਜਨੂਨ ਵਾਲੇ ਆਏ ਥੇ। ਮਲਿਕ ਅਸਦ ਆਯਾਦ ਖੋਖਰ, ਸੈਕਟਰੀ ਇਤਲਾਅ ਤੋਂ ਨਸ਼ਰੀਆਤ ਭਾਈਜਾਨ, ਜਨਾਬੀ ਅਲੀ ਸਰਦਾਰ ਤੈਮੂਰ ਡੋਗਰ, ਪਾਕ ਇਤਫਾਕ ਗਰੁੱਪ ਦੀ ਜਾਨ ਸ਼ਾਨ ਆਨ, ਵਸੀਮ ਵੱਟੂ, ਚੌਧਰੀ ਗੁਲਾਮ ਰਬਾਨੀ ਗੁਜਰ ਭਾਈਜਾਨ, ਮੁਹੰਮਦ ਖਾਨ ਲਖਵੇਰਾ ਸ਼ਹਿਰ ਫਰੀਦ, ਮੈਚ ਮਾਲਿਕ ਪਾਕ ਇਤਫਾਕ ਗਰੁੱਪ ਸਾਹਿਬ ਜੀ, ਮਲਿਕ ਅਲੀ ਭਾਈਜਾਨ, ਆਫਤਾਬ ਸੁਰੈਆ ਸਾਹਿਬ, ਰਾਏ ਰਸ਼ੀਦ ਦੌਲੂਕਾ ਖਰਲ, ਮਲਿਕ ਸਾਦ ਖੋਖਰ, ਮਲਿਕ ਯਕੂਬ ਜੇਡੂ ਮੈਂਬਰ ਸਿਲੈਕਸ਼ਨ ਕਮੇਟੀ, ਸ਼ਫੀਕੁਰ ਰਹਿਮਾਨ, ਕਾਕਾ ਰਾਓ ਸਾਹਿਬ ਜਨਰਲ ਸੈਕਟਰੀ, ਰਾਏ ਰਸ਼ੀਦ ਦੌਲੂਕਾ ਖਰਲ, ਆਫਤਾਬ ਸੁਰੈਆ ਭਾਈਜਾਨ, ਮਲਿਕ ਅਲੀ ਭਾਈਜਾਨ, ਵਾਹ ਪੀਰ ਫਰਹਾਨ ਸ਼ਾਹ, ਸੇਠ ਮਕਸੂਦ ਭਾਈਜਾਨ, ਸਰਦਾਰ ਤੈਮੂਰ ਡੋਗਰ, ਪਿੰਡ ਪਖੜਿਆਲੀ ਇਲਾਕਾ ਸਿਆਲਕੋਟ, ਮਲਿਕ ਇਤਸ਼ਾਮ ਖੋਖਰ ਸਾਹਿਬ ਦੇ ਡੇਰੇ 'ਤੇ ਆ ਗਏ ਪਾਕ ਇਤਫਾਕ ਗਰੁੱਪ ਦੇ ਬੇਲੀ, ਪਾਕ ਇਤਫਾਕ ਗਰੁੱਪ ਦੇ ਵਾਈਸ ਚੇਅਰਮੈਨ ਚੌਧਰੀ ਆਸ਼ਿਕ ਇਸਮਾਇਲ, ਸਦਰ ਮਲਿਕ ਅਜਾਜ਼ ਹੁਸੈਨ ਖੋਖਰ ਭਾਈਜਾਨ, ਪਖੜਿਆਲੀ ਸਿਆਲਕੋਟ, ਸਰਦਾਰ ਜੈਗਮ ਡੋਗਰ, ਮੈਕਸ ਕੁੱਤੇ ਦੇ ਮਾਲਿਕ ਮਾਸਟਰ ਮੁਹੰਮਦ ਅਲੀ ਵੱਟੂ, ਰਾਜਾ ਬਿੱਲੂ, ਰਾਏ ਤਾਰ ਰਾਜਾ ਪੱਪੂ ਮਾਰਤ, ਜੀਓ ਬੜਾ ਮਜ਼ਾ ਆਇਆ।
ਉਮੀਦ ਕਰਦੇ ਹਾਂ।